ਫਾਜ਼ਿਲਕਾ ਤੋਂ ਲੰਬੀ ਤੱਕ ਕੱਢੇ ਗਏ ਰੋਸ ਮਾਰਚ ਤਹਿਤ ਮਲੋਟ ਤੋਂ ਲੰਘਦੇ ਹੋਏ ਬਰਗਾੜੀ ਮੋਰਚੇ ਦੇ ਕਨਵੀਨਰ ਅਤੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰੋਸ ਮਾਰਚ ਨੂੰ ਸਾਰੇ ਸ਼ਹਿਰਾਂ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕਾਂ ਵੱਲੋਂ ਘਰਾਂ ਤੇ ਬਾਜ਼ਾਰਾਂ ਦੀਆਂ ਦੁਕਾਨਾਂ ਵਿੱਚੋਂ ਬਾਹਰ ਨਿਕਲ ਕੇ ਹੱਥ ਚੁੱਕ ਕੇ ਇਸ ਮਾਰਚ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਸੁਖਬੀਰ ਸਿੰਘ ਬਾਦਲ ਪੰਥ ਦਾ ਦੋਸ਼ੀ ਹੈ। ਪੰਜਾਬੀ ਖਾਸ ਕਰਕੇ ਸਿੱਖ ਕੌਮ ਬਿਲਕੁਲ ਫਾਜ਼ਿਲਕਾ ਤੋਂ ਅਸੀਂ ਇਹ ਮਾਰਚ ਸ਼ੁਰੂ ਕੀਤਾ ਹੈ। ਪੂਰੇ ਬਾਜ਼ਾਰਾਂ ਦੇ ਲੋਕ ਆਪਣੀਆਂ ਦੁਕਾਨਾਂ ਛੱਡ ਕੇ ਬਾਹਰ ਆ ਕੇ ਹੱਥ ਲਾਉਂਦੇ ਨੇ ਤੇ ਅਸੀਂ ਉੱਥੇ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਔਰ ਪਿੰਡਾਂ ਦੇ ਵਿੱਚ ਲੋਕ ਰੋ ਉੱਥੇ ਲੋਕ ਜਿਹੜੇ ਨੇ ਉਹ ਜਲ ਪਾਣੀ ਦੀ ਵੀ ਸੇਵਾ ਕਰਦੇ ਨੇ ਸਾਰਾ ਕੁਝ। ਸਾਡੀ ਕੋਈ ਪਾਰਟੀ ਨਹੀਂ ਸੀ, ਅਸੀਂ ਕਿਸੇ ਪਾਰਟੀ ਦਾ ਨਹੀਂ ਸੀ, ਤਾਂ ਜਿੱਥੇ ਵੀ ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ ਕਰਦੇ ਹਾਂ ਸਾਡਾ ਪਰਚਾ ਸੀ ਸਮਾਜ ਸਹੀ ਸੀ ਸਰਕਾਰੀ ਅਸੀਂ ਆਪਣਾ ਫਰਜ ਨਿਭਾ ਰਹੇ ਔਰ ਲੋਕਾਂ ਨੇ ਆਪਣੇ ਘਰਾਂ ਨੇ ਸਾਰੀਆਂ ਝੰਡੀਆਂ ਲਾ ਲਈਆਂ ਨੇ ਨਿਹੰਗ ਸਿੰਘ ਸਾਰੀਆਂ ਜਿੱਥੇ ਝੰਡੀਆਂ ਨੇ ਪੂਰਾ ਏਟਾ ਕਰਕੇ ਜਿਹੜਾ ਗਾੜੀ ਵੀ ਇਕੱਠੀ ਹੋਈ ਸੀ ਲੱਖਾਂ ਦੀ ਗਿਣਤੀ ਦੇ ਸੱਤ ਤਰੀਕ ਨੂੰ ਜਦੋਂ ਇੱਕ ਲੰਬੀ ਰੈਲੀ ਰੱਖੀ ਗਈ ਸੀ ਅਤੇ ਇੱਕ ਪਟਿਆਲੇ ਰੱਖੀ ਗਈ ਸੀ ਪਰ 7 ਤਰੀਕ ਨੂੰ ਜਿਹੜੀ ਅਸੀਂ ਕਿਸੇ ਨੂੰ ਬੁਲਾਇਆ ਨਹੀਂ ਸੀ ਉੱਥੇ ਪਰ ਉੱਥੇ ਲੱਖਾਂ ਦੀ ਗਿਣਤੀ ਵਿੱਚ ਕੋਈ ਗਿਣਤੀ ਨਹੀਂ ਸੀ ਰਹੀ ਕਿ ਕਿੰਨਾ ਘੱਟ ਸੀ ਉਹੀ ਆਵਾਜ਼ ਅੱਜ ਵੀ ਇੱਥੇ ਪੰਜਾਬ ਦੇ ਵਿੱਚ ਹੈਗੀ ਹੈ ਔਰ ਜਿਹੜੇ ਲੋਕ ਦੋਸ਼ੀ ਨੇ ਉਹ ਕਟਹਿਰੇ ਦੇ ਵਿੱਚ ਖੜੇ ਹੋਣਗੇ ਅਤੇ ਇਹਨਾਂ ਨੂੰ ਸਜਾਵਾਂ ਜਿਹੜੀਆਂ ਮਿਲਣਗੀਆਂ। ਜਿਨ੍ਹਾਂ ਦਾ ਸਾਰਾ ਪਰਿਵਾਰ ਮਰ ਗਿਆ ਮਾਰ ਮਾਰ ਕੇ ਗੋਲੀਆਂ ਮਾਰ ਦਿੱਤਾ ਉਹ ਸਾਰੇ ਅੱਤਵਾਦੀ ਨੇ ਕਦੇ ਸੰਤ ਜਰਨੈਲ ਸਿੰਘ ਲੋਕ ਕਹਿੰਦੇ ਸੀ ਵੀ ਉਹ ਕਾਂਗਰਸ ਦਾ ਏਜੰਟ ਹੈ ਬਹੁਤ ਕੁਛ ਇਹ ਸੁਖਬੀਰ ਜਿਹੜਾ ਇਹਦੀ ਗੱਲ ਦਾ ਜਵਾਬ ਦੇਣਾ ਮੇਰਾ ਫਰਜ਼ ਨਹੀਂ ਕਿਉਂਕਿ ਮੈਂ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੈ ਪੰਥ ਦਾ ਦੋਸ਼ੀ ਹੈ ਇਹ ਸਾਡੇ ਕਟਹਿਰੇ ਦੇ ਵਿੱਚ ਖੜਾ ਕੋਈ ਸਿਆਣਾ ਬੰਦਾ ਪੰਚਾਇਤ ਦਾ ਜਦੋਂ ਗੱਲ ਕਰੂਗਾ ਤਾਂ ਪਾਸੇ ਫਿਰ ਮੈਂ ਜਵਾਬ ਦੇਣਾ ਜਲਦੀ ਨਹੀਂ ਪੰਚਾਇਤ ਸਾਹਿਬ ਤੇ 6.5 ਮਹੀਨੇ ਕੋਈ ਜਲਦੀ ਹੁੰਦੀ ਹੈ ਜਲਦੀ ਜੇ ਹੁੰਦੀ ਕੋਈ ਮਾੜਾ ਜਿਹਾ ਪਾਸੇ ਵਿਚਾਰ ਜਾਂਦੀ ਜਲਦੀ ਨਹੀਂ ਹੈ ਲੇਕਿਨ ਸਮੇਂ ਸਮੇਂ ਰਣਨੀਤੀ ਬਦਲੀ ਜਾਂਦੀ ਹੈ ਇਹ ਥੋੜ੍ਹੀ ਸਾਡੀ ਲੜਾਈ ਚੱਲ ਰਹੀ ਹੈ।